ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਦੋਸਤੋ, ਆਪਾਂ ਆਪਣੀ ਜ਼ਿੰਦਗੀ ਵਿੱਚ ਆਮ ਹੀ ਇਵੇਂ ਦੀਆਂ ਗੱਲਾਂ ਸੁਣੀਆਂ ਹੋਣਗੀਆਂ ਕਿ ਔਰਤ ਨੂੰ ਕੋਈ ਵੀ ਨਹੀਂ ਸਮਝ ਸਕਦਾ, ਇਹਨਾਂ ਨੂੰ ਤਾਂ ਰੱਬ ਵੀ ਨਹੀਂ ਸਮਝ ਸਕਦਾ, ਆਖਰ ਔਰਤ ਚਾਹੁੰਦੀ ਕੀ ਹੈ ਆਦਿ ਇਵੇਂ ਦੀਆਂ ਗੱਲਾਂ ਕਰਦੇ ਕਿਸੇ ਨੂੰ ਸੁਣਿਆ ਹੋ ਸਕਦਾ ਹੈ। ਸ਼ਾਇਦ ਤੁਸੀਂ ਵੀ ਕਦੀ ਇਵੇਂ ਦੀਆਂ ਗੱਲਾਂ ਕੀਤੀਆਂ ਹੋਣ ਜਾਂ ਸੋਚੀਆਂ ਹੋਣ, ਪਰ ਅੱਜ ਦੀ ਵੀਡੀਓ ਦੇਖ ਕੇ ਸਾਰਿਆਂ ਨੂੰ ਹੀ ਇਸ ਗੱਲ ਦਾ ਜਵਾਬ ਮਿਲ ਜਾਵੇਗਾ ਕਿ ਆਖਰ ਔਰਤ ਚਾਹੁੰਦੀ ਕੀ ਹੈ। ਔਰਤ ਚਾਹੁੰਦੀ ਕੀ ਹੈ, ਇਸ ਗੱਲ ਦਾ ਜਵਾਬ ਆਪਾਂ ਇੱਕ ਛੋਟੀ ਜਿਹੀ ਕਹਾਣੀ ਦੇ ਜ਼ਰੀਏ ਜਾਣਾਂਗੇ। ਇਹ ਕਹਾਣੀ ਲੇਖਕ ਨਰਿੰਦਰ ਸਿੰਘ ਕਪੂਰ, ਕਿਤਾਬ ਡੂੰਘੀਆਂ ਸਿਖਰਾਂ ਦੇ ਇੱਕ ਲੇਖ ਵਿੱਚੋਂ ਲਈ ਗਈ ਹੈ, ਜੋ ਤੁਹਾਡੇ ਨਾਲ ਹੁਣ ਸ਼ੇਅਰ ਕਰਨ ਜਾ ਰਿਹਾ ਹਾਂ। ਦੋਸਤੋ, ਇੱਕ ਲੋਕ ਕਥਾ ਅਨੁਸਾਰ ਇੱਕ ਵਾਰੀ ਇੱਕ ਰਾਜੇ ਨੇ ਉਸ ਵਿਅਕਤੀ ਨੂੰ ਇਨਾਮ ਦੇਣ ਦਾ ਐਲਾਨ ਕੀਤਾ ਜਿਹੜਾ ਇਹ ਦੱਸ ਸਕੇ ਕਿ ਆਖਰ ਇਸਤਰੀ ਚਾਹੁੰਦੀ ਕੀ ਹੈ। ਉੱਥੋਂ ਦੇ ਇੱਕ ਕੈਦਖਾਨੇ ਵਿੱਚ ਇੱਕ ਕੈਦੀ ਸੀ। ਜਦੋਂ ਰਾਜੇ ਦੇ ਐਲਾਨ ਵਾਲੀ ਗੱਲ ਉਸ ਕੈਦੀ ਨੂੰ ਪਤਾ ਲੱਗੀ ਤਾਂ ਕੈਦੀ ਨੇ ਕਿਹਾ ਕਿ ਮੇਰੀ ਕੈਦ ਮਾਫ਼ ਕਰਕੇ ਮੈਨੂੰ 1 ਸਾਲ ਦਾ ਸਮਾਂ ਦਿੱਤਾ ਜਾਵੇ, ਮੈਂ ਇਸ ਗੱਲ ਦਾ ਜਵਾਬ ਦੇ ਦੇਵਾਂਗਾ ਕਿ ਇਸਤਰੀ ਚਾਹੁੰਦੀ ਕੀ ਹੈ। ਰਾਜੇ ਨੇ ਉਸ ਦੀ ਗੱਲ 'ਤੇ ਗੌਰ ਕੀਤਾ ਅਤੇ ਉਸਨੂੰ 1 ਸਾਲ ਦੀ ਮੋਹਲਤ ਦੇ ਦਿੱਤੀ ਗਈ। ਕੈਦੀ ਨੇ ਇਸ ਦਾ ਜਵਾਬ ਲੱਭਣਾ ਸ਼ੁਰੂ ਕੀਤਾ। ਉਹ ਜਵਾਬ ਜਾਣਨ ਲਈ ਕਦੀ ਕਿਤੇ ਜਾਂਦਾ, ਕਦੀ ਕਿਤੇ ਜਾਂਦਾ। ਉਸਨੇ ਸਭ ਢੰਗਾਂ ਨਾਲ ਜਵਾਬ ਜਾਣਨ ਦਾ ਯਤਨ ਕੀਤਾ, ਪਰ ਉਸਨੂੰ ਕਿਤੇ ਵੀ ਕੋਈ ਸੰਤੋਖਜਨਕ ਉੱਤਰ ਨਾ ਮਿਲਿਆ। ਆਖਿਰ ਜਦੋਂ ਸਾਲ ਮੁੱਕਣ ਵਿੱਚ ਕੁਝ ਕੁ ਦਿਨ ਰਹਿ ਗਏ ਤਾਂ ਉਸਨੂੰ ਕਿਸੇ ਨੇ ਇੱਕ ਚੁੜੇਲ ਦੀ ਦੱਸ ਪਾਈ ਅਤੇ ਕਿਹਾ ਕਿ ਉਹ ਚੁੜੇਲ ਤੇਰੀ ਇਸ ਗੱਲ ਦਾ ਜਵਾਬ ਦੇ ਸਕਦੀ ਹੈ। ਉਹ ਲੱਭਦੇ ਲਭਾਉਂਦੇ ਉੱਥੇ ਪਹੁੰਚਿਆ ਜਿੱਥੇ ਚੁੜੇਲ ਰਹਿੰਦੀ ਸੀ। ਪਹੁੰਚ ਕੇ ਉਸਨੇ ਚੁੜੇਲ ਨੂੰ ਕਿਹਾ ਕਿ ਮੈਂ ਬੜੀ ਮੁਸ਼ਕਲ ਨਾਲ ਤੁਹਾਡੇ ਕੋਲ ਪਹੁੰਚਿਆ ਹਾਂ, ਕਿਰਪਾ ਕਰਕੇ ਮੇਰੇ ਇਸ ਸਵਾਲ ਦਾ ਜਵਾਬ ਜ਼ਰੂਰ ਦੇਵੋ ਕਿ ਇਸਤਰੀ ਆਖਰ ਚਾਹੁੰਦੀ ਕੀ ਹੈ। ਚੁੜੇਲ ਨੇ ਸ਼ਰਤ ਰੱਖੀ ਕਿ ਜੇ ਤੂੰ ਜਵਾਬ ਲੈਣਾ ਹੈ ਤਾਂ ਤੈਨੂੰ ਮੇਰੇ ਨਾਲ ਵਿਆਹ ਕਰਵਾਉਣਾ ਪਵੇਗਾ, ਤੈਨੂੰ 1 ਰਾਤ ਦਾ ਟਾਈਮ ਦਿੰਦੀ ਹਾਂ, ਤੂੰ ਸੋਚ ਕੇ ਸਵੇਰੇ ਦੱਸ ਦੇਵੀਂ ਕਿ ਤੇਰਾ ਕੀ ਫੈਸਲਾ ਹੈ। ਕੈਦੀ ਸਾਰੀ ਰਾਤ ਸੋਚਦਾ ਰਿਹਾ ਕਿ ਕੀ ਕਰਾਂ, ਚੁੜੇਲ ਨਾਲ ਵਿਆਹ ਕਰਵਾ ਕੇ ਜਵਾਬ ਲੈ ਲਵਾਂ ਕਿ ਕੈਦ ਭੁਗਤਾਂ। ਆਖਿਰ ਉਸਨੇ ਫੈਸਲਾ ਕਰ ਹੀ ਲਿਆ ਕਿ ਉਹ ਚੁੜੇਲ ਨਾਲ ਵਿਆਹ ਕਰਵਾਏਗਾ। ਜਿਵੇਂ ਹੀ ਸਵੇਰ ਹੋਈ ਉਹ ਆਪਣਾ ਫੈਸਲਾ ਦੱਸਣ ਲਈ ਚੁੜੇਲ ਕੋਲ ਗਿਆ ਤਾਂ ਦੇਖਦਾ ਹੈ ਕਿ ਅੱਗੇ ਇੱਕ ਬੜੀ ਸੋਹਣੀ ਪਰੀ ਵਰਗੀ ਇਸਤਰੀ ਬੈਠੀ ਹੋਈ ਹੈ। ਉਸ ਇਸਤਰੀ ਨੇ ਦੱਸਿਆ ਕਿ ਉਹ ਉਹੀ ਕੱਲ੍ਹ ਵਾਲੀ ਚੁੜੇਲ ਹੈ। ਕੈਦੀ ਪਹਿਲਾਂ ਤਾਂ ਉਹਨੂੰ ਦੇਖ ਕੇ ਹੈਰਾਨ ਹੁੰਦਾ ਹੈ ਅਤੇ ਸੋਚਦਾ ਹੈ ਕਿ ਰਾਤੀ ਤਾਂ ਇਹ ਚੁੜੇਲ ਬਣੀ ਹੋਈ ਸੀ ਅਤੇ ਹੁਣ ਇਹ ਇੰਨੀ ਸੋਹਣੀ ਔਰਤ। ਪਰ ਖੈਰ, ਕੈਦੀ ਨੇ ਉਸ ਚੁੜੇਲ ਨੂੰ ਆਪਣਾ ਫੈਸਲਾ ਦੱਸਿਆ ਕਿ ਮੈਨੂੰ ਜਵਾਬ ਚਾਹੀਦਾ ਹੈ, ਸੋ ਮੈਂ ਵਿਆਹ ਕਰਵਾਉਣ ਲਈ ਤਿਆਰ ਹਾਂ। ਚੁੜੇਲ ਨੇ ਉਸ ਦਾ ਫੈਸਲਾ ਸੁਣ ਕੇ ਕਿਹਾ ਕਿ ਠੀਕ ਹੈ, ਪਰ ਵਿਆਹ ਤੋਂ ਬਾਅਦ ਮੈਂ 12 ਘੰਟੇ ਪਰੀ ਵਾਂਗ ਸੋਹਣੀ ਬਣ ਕੇ ਰਿਹਾ ਕਰਾਂਗੀ ਅਤੇ 12 ਘੰਟੇ ਚੁੜੇਲ ਬਣ ਕੇ ਰਿਹਾ ਕਰਾਂਗੀ, ਅਤੇ ਇਹ ਤੂੰ ਦੱਸ ਕਿ ਮੈਂ ਕਦੋਂ ਪਰੀ ਬਣ ਕੇ ਰਿਹਾ ਕਰਾਂਗੀ ਅਤੇ ਕਦੋਂ ਚੁੜੇਲ ਹੋਇਆ ਕਰਾਂਗੀ। ਕੈਦੀ ਫਿਰ ਸੋਚੀ ਪੈ ਗਿਆ ਅਤੇ ਮਨ ਵਿੱਚ ਸੋਚਦਾ ਹੈ ਕਿ ਜੇ ਦਿਨ ਵੇਲੇ ਪਰੀ ਹੋਈ ਤਾਂ ਰਾਤ ਔਖੀ ਲੰਘਿਆ ਕਰੇਗੀ, ਅਤੇ ਜੇ ਰਾਤ ਵੇਲੇ ਪਰੀ ਹੋਈ ਤਾਂ ਦਿਨ ਔਖਾ ਲੰਘਿਆ ਕਰੇਗਾ। ਕਾਫੀ ਚਿਰ ਸੋਚਣ ਤੋਂ ਬਾਅਦ ਉਹ ਚੁੜੇਲ ਕੋਲ ਗਿਆ ਅਤੇ ਕਿਹਾ ਕਿ ਮੈਨੂੰ ਨਹੀਂ ਸਮਝ ਆ ਰਹੀ ਕਿ ਮੈਂ ਕੀ ਫੈਸਲਾ ਕਰਾਂ, ਤੂੰ ਆਪਣੀ ਮਰਜ਼ੀ ਕਰ, ਜਦੋਂ ਤੇਰਾ ਦਿਲ ਕਰੇ ਤੂੰ ਚੁੜੇਲ ਬਣ ਜੀ, ਜਦੋਂ ਤੇਰਾ ਦਿਲ ਕਰੇ ਤੂੰ ਪਰੀ ਬਣ ਜੀ। ਉਸ ਇਸਤਰੀ ਨੇ ਕਿਹਾ ਕਿ ਠੀਕ ਹੈ, ਜੇ ਤੂੰ ਮੈਨੂੰ ਆਪਣੀ ਮਰਜ਼ੀ ਕਰਨ ਦੀ ਖੁੱਲ੍ਹ ਦਿੱਤੀ ਹੈ ਤਾਂ ਹੁਣ ਫਿਰ ਮੈਂ ਵੀ ਇਹ ਫੈਸਲਾ ਕੀਤਾ ਹੈ ਕਿ ਮੈਂ ਦਿਨ ਰਾਤ ਹੀ ਪਰੀ ਬਣ ਕੇ ਰਿਹਾ ਕਰਾਂਗੀ, ਚੁੜੇਲ ਕਦੀ ਨਹੀਂ ਬਣਾਂਗੀ। ਸੋ ਤੇਰੀ ਗੱਲ ਦਾ ਅਤੇ ਰਾਜੇ ਦੇ ਸਵਾਲ ਦਾ ਜਵਾਬ ਇਹ ਹੈ ਕਿ ਇਸਤਰੀ ਸਿਰਫ ਆਪਣੀ ਮਰਜ਼ੀ ਕਰਨਾ ਚਾਹੁੰਦੀ ਹੈ। ਸੋ ਦੋਸਤੋ, ਉਮੀਦ ਹੈ ਕਿ ਤੁਹਾਨੂੰ ਵੀ ਸਮਝ ਲੱਗ ਗਈ ਹੋਵੇਗੀ ਕਿ ਔਰਤ ਆਖਰ ਚਾਹੁੰਦੀ ਕੀ ਹੈ। ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਅਤੇ ਚੈਨਲ ਸਬਸਕ੍ਰਾਈਬ ਕਰਿਓ। ਧੰਨਵਾਦ।